Watch carefully. ਗੱਜੀ ਤੇ ਰੋਮੇ ਜੀ ਕੰਬਾਈਨ ਆਈ ਹੋਈ ਆ ਤਾਂ ਫਿਰ ਅਸੀਂ ਕਿਹਾ ਨਾਲ ਆ ਸੀ ਅਸੀਂ ਵੀ ਕਢਾ ਦਈਏ। ਆਹ ਖੇਤ ਆ ਜੀ ਸਾਡੇ ਥੋੜੇ ਜਿਹਾ ਜਿਹੜੇ ਹੈਗੇ ਆ ਲੰਬਾ ਲੰਬਾ ਖੇਤ ਆ ਤੁਹਾਨੂੰ ਪਤਾ ਹੀ ਇੱਥੇ ਦੋ ਮੋਹਲੇ ਉਹਨਾਂ ਨੂੰ ਪਾਣੀ ਲਾਇਆ ਸੀ ਕਿਆਰਿਆਂ ਨੂੰ ਤਾਂ ਉੱਧਰ ਚੱਲਦੀ ਪਈ ਕੰਪੈਨ ਹਜੇ ਤਾਂ ਬਸ ਇੱਧਰ ਨਿਬੇੜ ਦੇਣਾ ਕੰਮ ਥੋੜ੍ਹੇ ਟਾਈਮ ਤਾਂ ਹੀ। ਲਓ ਵੇ ਮਿੱਤਰੋ ਆਪਣੇ ਖੇਤਾਂ 'ਚ ਲੱਗ ਚੁੱਕੀ ਆ ਕੰਪੈਨ ਥੋੜ੍ਹੇ ਜਿਹਾ ਹੀ ਆ ਦੋ ਕੇੜੇ ਜਾਂ ਤਿੰਨ ਕੇੜਿਆਂ 'ਚ ਹੋ ਜਾਣੀ ਪੂਰੀ ਤਾਂ ਬਸ ਕਢਾ ਕੇ ਚੱਲਦੇ ਹਾਂ ਹੁਣ ਘਰ ਨੂੰ। ਅੱਗੇ ਨੂੰ ਵਾਲਾ ਕਈ ਥੋੜ੍ਹੀ ਜਿਹੀ ਹੋਏ ਅੱਗੇ ਕਰ ਲਾ ਥੋੜ੍ਹੀ ਜਿਹਾ ਲਓ ਵੇ ਮਿੱਤਰੋ ਕਣਕ ਜਿਹੜੀ ਆਪਾਂ ਨੇ ਕਢਾ ਲਈ ਆ ਤੇ ਹੁਣ ਚੱਲੇ ਆ ਘਰ ਨੂੰ ਬਸ। ਲਓ ਵੇ ਮਿੱਤਰੋ ਦਾਣੇ ਘਰ ਆ ਗਏ ਆ ਬਸ ਹੁਣ ਰੋਟੀ ਖਾਣ ਚੱਲੇ ਆ ਤਾਂ ਮੁੰਡੇ ਵੀ ਚੱਲ ਗਏ ਰੋਟੀ ਖਾਣ ਬਾਅਦ 'ਚ ਲਾਉਂਦੇ ਹਾਂ ਰੋਟੀ ਖਾ ਕੇ ਆ ਗਏ ਤਾਂ ਮੁੜੇ ਆਏ ਸੀ ਤਾਂ ਨਿਆਣੇ ਖੇਡ ਰਹੇ ਆ ਆਹ ਤਾਂ ਨਿਆਣਾ ਨਿਆਣਾ ਹੀ ਹੈ ਤਾਂ ਬਾਹਲਾ ਨਿਆਣਾ ਵਾ ਆਹ ਇੱਕ ਨਿਆਣਾ ਖੇਡ ਰਿਹਾ ਉਹ ਤੋਂ ਮੋਹਰੇ ਅਤੇ ਹਾਂਜੀ। ਲਓ ਵੇ ਮਿੱਤਰੋ ਰੀਪਰ ਕਹਿੰਦੇ ਪਹੁੰਚ ਚੁੱਕਾ ਗੱਗੀ ਲੱਗਾ ਹੈਗਾ ਵਾ ਤੂੜੀ ਬਣਵਾਉਣ ਉਹ ਖੜੀ ਆ ਖੇਤਾਂ ਦੇ ਵਿੱਚ ਤੂੜੀ ਵਾਲੀ ਟਰਾਲੀ ਕਹਿੰਦਾ ਪਸ਼ੂ ਰੱਖਣੇ ਆ ਹੁਣ ਅਤੇ ਲਓ ਵੀ ਰੀਪਰ ਹੁਣੀ ਵੀ ਆ ਗਏ ਆ ਅਤੇ ਤੂੜੀ ਬਣਵਾ ਦਈਏ। ਮਿੱਤਰੋ ਇੱਕ ਰੀਪਰ ਸਿੱਟਿਆ ਆ ਬਾੜੇ ਹੈ ਕੀ ਦੂਆ ਰੀਪਰ ਲੱਗੇ ਆ ਬਣਾਉਣ ਹੁਣ ਭਾਜੀ ਹੁਣੀ ਤੇ ਬਸ ਇੱਕ ਰੀਪਰ ਕਢਾਏ ਆ ਬੰਦੇ ਬਥੇਰੇ ਆ ਆਪਣੇ
ਬੰਦ ਕਰ ਦੇ ਬੰਦ ਲਓ ਵੇ ਮਿੱਤਰੋ। ਹੋ ਗਈ ਆ ਦੋਨਾਂ ਖੇਤਾਂ ਦੀ, ਅਤੇ ਹੁਣ ਬਸ ਟਰਾਲੀ ਛੱਡਣ ਜਾਣਾ ਇਹਨਾਂ ਦੇ ਨਾਲ ਇੱਕ, ਅਤੇ ਬਸ ਹੁਣ ਲਾ ਦਈਏ ਪਹਿਲਾਂ ਬਾੜੇ। ਲਓ ਬਈ ਤੂੜੀ ਦਾ ਹੋ ਗਿਆ ਕੰਮ, ਇੱਧਰਲੀ ਸੈੱਟ ਹੋ, ਅਤੇ ਹੁਣ ਚੱਲੇ ਹਾਂ। ਹੈ ਟਾਈਮ ਮੈਨੂੰ ਲੱਗਦਾ 11 ਕੁ ਲੱਗੇ ਆ ਵੱਜਣ, ਦੇਖ ਲੈਂਦੇ ਹਾਂ ਲਿਆ। ਲਓ ਜੀ 10:47 ਹੋਏ ਆ, ਤੇ ਅਸੀਂ ਚੱਲੇ ਹੈਗੇ ਆ ਰਾਮਪੁਰ ਨੂੰ ਚੱਲੇ ਆ ਜੀ, ਇਹਨਾਂ ਦੀ ਟਰਾਲੀ ਛੱਡਣ ਇੱਕ। ਲਓ ਵੇ ਮਿੱਤਰੋ, ਇਹ ਹੈਗਾ ਦੂਜਾ ਦਿਨ, ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਮੰਡੀ। ਰਾਤੀ ਜਾ ਕੇ ਸਿੱਧਾ ਸੌਂ ਗਏ ਸੀ ਬਸ, ਤਾਂ ਅੱਜ ਬਸ ਪਹੁੰਚ ਚੁੱਕੇ ਹਾਂ ਮੰਡੀ ਦਾਣੇ ਲੈ ਕੇ। ਮੁੰਡਾ ਪੱਖਾ ਲਵਾ ਰਿਹਾ ਵਾ, ਸਾਫ਼ ਕਰਾ ਰਿਹਾ ਦਾਣੇ, ਤੇ 2 ਕੁਇੰਟਲ ਜਿਹੜੇ ਆ ਉਹ ਘਰ ਨੂੰ ਇਹਨੇ ਬੀਜ ਵਾਸਤੇ ਲਿਜਾਣੇ ਆ। ਬੋਰੇ ਭਰਾਵਾ ਇਹਦੇ ਵਿੱਚ ਵਾ, ਹੋਰ ਆਹ ਲਾਓ ਤਾਂ ਲਓ ਵੇ ਮਿੱਤਰੋ, ਮੰਡੀ ਤੋਂ ਆਉਣ ਤੋਂ ਬਾਅਦ ਅਸੀਂ ਲੱਗੇ ਹੈਗੇ ਹਾਂ ਕਣਕ ਚੜਾਉਣ। ਰੋਹਿਤ ਉਹਨਾਂ ਦੀ ਗੁਆਂਢੀ ਆ ਜਿਹੜਾ ਸਾਡਾ ਮੁੰਡਾ ਦੋਸਤ ਆਪਣਾ ਆੜੀ ਆ, ਤੇ ਬਾ ਕਣਕ ਚੜਾਉਣੇ ਪਏ ਉਹਨਾਂ ਨਾਲ, ਬਾਅਦ ਫਿਰ ਚਲਾਂਗੇ ਘਰ ਨੂੰ ਕਣਕ ਚੜਾ ਕੇ। ਲਓ ਵੇ ਮਿੱਤਰੋ, ਆਪਾਂ ਆ ਗਏ ਹਾਂ ਘਰ ਵਾਪਸ। ਕਣਕ ਕਢਾ ਜਾਂਦੀ ਆ ਬੜੇ ਭਰੇ ਵਾ ਧੂੜ ਨਾਲ ਉੱਪਰੋਂ ਲੈ ਕੇ ਥੱਲੇ ਤੱਕ, ਤਾਂ ਹੁਣ ਬਾਅਦ ਲੱਗੇ ਹਾਂ ਨਹਾਉਣ। ਨਹਾ ਕੇ ਦੇਖਦੇ ਹਾਂ ਫਿਰ ਕਿਸ ਪਾਸੇ ਨਿਕਲਦੇ ਹਾਂ, ਬਸ ਹਜੇ ਤਾਂ ਫਿਲਹਾਲ ਦੀ ਘੜੀ ਨਹਾ ਲਈ। ਹਾਂਜੀ ਮਿੱਤਰੋ, ਅਸੀਂ ਚੱਲੇ ਹੈਗੇ ਹਾਂ ਚੱਬੇਵਾਲ ਨੂੰ, ਮੁੰਡੇ ਹੁਣ ਟਾਈਲਾਂ ਲਿਆਉਂਦੀਆਂ ਸੀਗੀਆਂ ਉਹ ਮੋੜ ਚੱਲੇ ਹਾਂ, ਵਾਧੂ ਸੀਗੀਆਂ। ਤਾਂ ਲਓ ਜੀ ਇਸ ਵਲੋਗ ਦੇ ਵਿੱਚ ਬਸ ਇੰਨਾ ਹੀ। ਜੇ ਵਲੋਗ ਵਧੀਆ ਲੱਗਾ ਤਾਂ ਲਾਈਕ ਕਰ ਲਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਸ ਅੱਜ ਇਹੀ ਕੁਛ ਕੀਤਾ 2 ਦਿਨਾਂ ਦੇ ਵਿੱਚ, ਬਹੁਤਾ ਵਲੋਗ ਨਹੀਂ ਬਣਿਆ ਤਾਂ ਮਾਫ਼ ਕਰੋ, ਛੋਟਾ ਹੀ ਹੈ ਵਲੋਗ, ਤਾਂ ਨੈਕਸਟ ਵਲੋਗ ਵੱਡੇ ਕਰਾਂਗੇ ਥੋੜ੍ਹੇ ਬਹੁਤੇ। ਬਸ ਅੱਜ ਦੇ ਵਲੋਗ ਵਿੱਚ ਇੰਨਾ ਹੀ।